ਫੇਸਬੁੱਕ ਤੇ ਬਣੇ ਬੁਆਏਫ੍ਰੈਂਡ ਦੇ ਨਾਲ ਮਿਲ ਕੇ ਆਪਣੇ ਹੀ ਘਰ 'ਚ 17 ਲੱਖ ਰੁਪਏ ਅਤੇ 25 ਤੋਲੇ ਸੋਨਾ ਚੋਰੀ ਕਰਨ ਵਾਲੀ ਰਿੰਪਲ ਅਤੇ ਉਸਦਾ ਬੁਆਏਫ੍ਰੈਂਡ ਲਖਬੀਰ ਸਿੰਘ ਹੁਣ ਪੁਲਿਸ ਦੇ ਅੜਿੱਕੇ ਚੜ ਚੁੱਕੇ ਨੇ। ਦੋਨਾਂ ਦੇ ਕੋਲੋਂ 4.5 ਲੱਖ ਰੁਪਏ ਅਤੇ 20 ਤੋਲੇ ਸੋਨੇ ਦੇ ਗਹਿਣੇ ਬਰਾਮਦ ਵੀ ਹੋ ਗਏ ਨੇ। ਫਰੀਦਕੋਟ ਦੇ ਰਹਿਣ ਵਾਲੇ ਲਖਬੀਰ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਦੱਸਿਆ ਕਿ ਬਾਕੀ ਰੁਪਈਆਂ ਦੇ ਨਾਲ ਉਸਨੇ ਆਪਣਾ ਕਰਜ਼ ਉਤਾਰ ਦਿੱਤਾ, ਜਦੋਂ ਕਿ 5 ਤੋਲੇ ਸੋਨਾ ਉਸਨੇ ਆਪਣੀ ਭੈਣ ਨੂੰ ਦੇ ਦਿੱਤਾ। ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ। ਇਸ ਤਰ੍ਹਾਂ ਸੀਗਾ ਵੀ 20 ਤਰੀਕ ਦੀ ਗੱਲ ਆ, ਇਸੇ ਮਹੀਨੇ ਦੀ 21 ਦੀ, ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ, ਇੰਦਰਜੀਤ ਸ਼ਰਮਾ ਨੇ ਦਿੱਤੀ ਸੀਗੀ, ਇੱਥੋਂ ਪਾਸੀਆਂ ਮਹੱਲੇ ਰਹਿਣ ਵਾਲੇ ਨੇ। ਉਹਨਾਂ ਨੂੰ ਸ਼ੱਕ ਸੀਗਾ ਵੀ ਜਿਹੜੀ ਮੇਰੇ ਵੀ ਅਸੀਂ ਘਰ ਤੋਂ ਬਾਹਰ ਗਏ ਸੀਗੇ, ਵੀ ਸਾਡੀ ਨੂੰਹ ਨੇ ਕਿਸੇ ਬੰਦੇ ਨਾਲ ਰਲ ਕੇ ਜਿਹੜਾ ਘਰ ਦੇ ਵਿੱਚੋਂ ਕੋਈ 17 ਕੁ ਲੱਖ ਰੁਪਈਆ ਕੈਸ਼ ਅਤੇ ਨਾਲ 25 ਤੋੜੇ ਸੋਨਾ ਜਿਹੜਾ ਉਹ ਚੋਰੀ ਕੀਤਾ, ਜਿਹਦੇ 'ਤੇ ਅਸੀਂ ਜਿਹੜਾ ਆ ਉਹਨੂੰ ਕੇਸ ਰਜਿਸਟਰ ਕਰਕੇ ਤਫਤੀਸ਼ ਕੀਤੀ। ਅਤੇ ਉਹਦੇ ਵਿੱਚ ਜਿਹੜਾ ਹੈ ਨੂੰਹ ਨਾਲ ਜਿਹੜੀ ਹੈਗੀ ਆ ਰਿੰਪਲ, ਉਹਦਾ ਨਾਂ ਹੈ, ਜਿਹਦਾ ਇੰਨਾ ਬਹੁਤ ਥੋੜ੍ਹੀ ਦੇਰ ਹੋਈ ਵਿਆਹ ਹੋਏ ਨੂੰ, 4 ਮਹੀਨੇ ਹੋ ਗਏ, ਅਤੇ ਇਹਨਾਂ ਦੇ ਇੱਕੋ ਇੱਕ ਲੜਕਾ ਸੀ ਇੰਦਰਜੀਤ ਦਾ, ਉਹਦੇ ਨਾਲ ਬਹੁਤ ਹੀ ਇਹਦੀ ਅੰਡਰਸਟੈਂਡਿੰਗ ਨਹੀਂ ਸੀਗੀ। ਪਰ ਇਸ ਰਿੰਪਲ ਦਾ ਜਿਹੜਾ 2 ਸਾਲ ਪਹਿਲਾਂ ਲਖਬੀਰ ਲੋਕੀ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਹੈ, ਉੱਥੇ ਦਾ ਸਾਧਾਂਵਾਲ ਪਿੰਡ ਦਾ, ਉਹਦੇ ਨਾਲ ਇਹਦੇ ਜਿਹੜੇ ਆ ਰਿਲੇਸ਼ਨ ਸੀਗੇ 2 ਸਾਲ ਪਹਿਲਾਂ, ਉਹਦੇ ਕਰਕੇ ਇਹਨੇ ਉਹਨਾਂ ਨਾਲ ਵਿਆਹ ਦੀ ਸਕੀਮ ਬਣਾ ਲਈ, ਜਿਹੜੇ ਕੈਸ਼ ਲੈ ਕੇ ਘਰ ਦੇ ਵਿੱਚੋਂ। ਲੜਕੀ ਨੇ ਇਸ ਕਰਕੇ ਕੈਸ਼ ਦਿੱਤਾ ਸੀ ਵੀ ਅਸੀਂ 4-5 ਦਿਨ ਬਾਅਦ ਦੌੜ ਜਾਂਗੇ। ਪਰ ਇਹਨਾਂ ਨੂੰ ਇੰਦਰਜੀਤ ਹੋਣਾ ਜਦੋਂ ਆਪਣੇ ਘਰ ਦੀ ਪਤਾ ਲੱਗਾ ਵੀ ਸਾਡੇ ਸਮਾਨ ਚੋਰੀ ਹੋ ਗਿਆ, ਅਤੇ ਉਹਦੇ 'ਤੇ ਅਸੀਂ ਆਪਣਾ ਟੈਕਨੀਕਲੀ ਜਿਹੜਾ ਜਾ ਕੇ ਅਸੀਂ ਸਾਰਾ ਟਰੇਸ ਕੀਤਾ ਹੈ ਵਿਗਿਆਨਕ ਤਰੀਕੇ ਨਾਲ। ਹੁਣ ਉਹਦੇ 'ਚ ਰਿਕਵਰ ਅਜੇ ਤਾਂ 4,27,000 ਰੁਪਇਆ ਰਿਕਵਰ ਹੋਇਆ। ਬਾਕੀ ਇਹਨੇ ਪੈਸੇ ਜਿਹੜੇ ਲਖਬੀਰ ਸਿੰਘ ਨੇ ਉਹ ਕਹਾਂ ਜਿੱਥੇ ਇਹਦੇ ਕਰਜ਼ੇ ਵਗੈਰਾ ਸੀ, ਇਹਦੇ ਸਿਸਟਰ ਦੀ ਮੈਰਿਜ, ਕੁੱਲ ਉਹ 17 ਲੱਖ ਰੁਪਏ ਦੱਸਦੇ ਆ। ਬਾਕੀ ਹੁਣ ਤਫਤੀਸ਼ ਚੱਲਦੀ ਪਈ ਹੈ ਜੀ, ਇਹਨੂੰ ਪੇਸ਼ ਕਰ ਰਹੇ ਕੋਰਟ 'ਚ ਦੋਨਾਂ ਨੂੰ, ਅਤੇ ਅਰੈਸਟ ਕੀਤੇ ਆ ਅਤੇ ਇਹਨਾਂ ਰਿਮਾਂਡ ਲਵਾਂਗੇ। ਫਲੋਰ ਤੋਂ ਪ੍ਰਭਪਾਲ ਦੀ ਰਿਪੋਰਟ।